ਸਤਿ ਸ਼੍ਰੀ ਅਕਾਲ ਜੀ, ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਪ੍ਰਾਈਮ ਵਿਮਨ ਲੈ ਕੇ ਇੱਕ ਵਾਰੀ ਫੇਰ ਹਾਜ਼ਰ ਹੋ ਗਏ ਹਾਂ ਜੀ। ਮੈਂ ਹਾਂ ਕੁਸਮ, ਮੇਰੇ ਨਾਲ ਨੇ ਹਰਮਨ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ? ਹਾਲ ਚਾਲ ਤਾਂ ਠੀਕ ਹੀ ਆ, ਤੁਸੀਂ ਸੁਣਾਓ ਕਿਵੇਂ ਚੱਲ ਰਹੀ ਹੈ? ਹਾਲ ਚਾਲ ਠੀਕ ਆ। ਕਈ ਵਾਰੀ ਸਰੀਰਕ ਹਾਲਾਤ ਵਧੀਆ ਹੁੰਦੇ ਨੇ ਪਰ ਮਾਨਸਿਕ ਹਾਲਾਤ ਚੰਗੇ ਨਹੀਂ ਹੁੰਦੇ ਜੀ, ਕਿਉਂਕਿ ਆਏ ਦਿਨ ਖਬਰਾਂ ਇਹੋ ਜਿਹੀਆਂ ਪੜ੍ਹ ਲਈਦੀਆਂ ਆ ਵੀ ਹੁਣ ਸਵੇਰ ਨੂੰ ਜਦੋਂ ਕੋਈ ਕਹਿ ਦੇਵੇ ਨਾ ਵੀ ਅਖਬਾਰਾਂ ਫੜਾ ਦਿਓ, ਤੁਹਾਨੂੰ ਹੱਥ ਲਾਉਣ ਨੂੰ ਵੀ ਡਰ ਲੱਗ ਰਿਹਾ ਹੁੰਦਾ ਵੀ ਪਤਾ ਨਹੀਂ ਖੋਲਣਾ ਆ ਤੇ ਕੀ ਕੁਛ ਮੋਹਰੇ ਆ ਜਾਣਾ। ਬਿਲਕੁਲ ਠੀਕ। ਔਰ ਕੁਝ ਇੱਕ ਗੱਲਾਂ ਤਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੁਹਾਡੇ ਅੰਦਰ ਗੁੱਸਾ, ਤੁਹਾਡੇ ਅੰਦਰ ਕਈ ਸਾਰੇ ਸਵਾਲ, ਤੁਹਾਡੇ ਅੰਦਰ ਇੱਕ ਅਜੀਬ ਜੀ ਨਾ ਜਿਹੜੀ ਕਹਿ ਲਓ ਵੀ ਅਖਬਾਰ ਜਦੋਂ ਚੱਕਦੀ ਆ ਨਾ ਤਾਂ ਸਭ ਤੋਂ ਪਹਿਲਾਂ ਆਉਂਦਾ ਪਿਛਲਾ ਪੇਪਰ ਪੜ੍ਹਦੀ ਆ, ਪਿਛਲਾ ਪੇਜ, ਕਿਉਂਕਿ ਉੱਥੇ ਕੁਛ ਕੁ ਪੋਜ਼ਿਟਿਵ ਖਬਰਾਂ ਜਾਂ ਕਹਿ ਲਓ ਹਲਕੀਆਂ ਫੁਲਕੀਆਂ ਖਬਰਾਂ ਹੁੰਦੀਆਂ ਨੇ, ਉਸ ਤੋਂ ਬਾਅਦ ਕਿਤੇ ਮਾੜਾ ਜਿਹਾ ਹੀਆਂ ਹੁੰਦਾ ਵੀ ਮੋਰਲਾ ਜਿਹੜਾ ਸਫ਼ਾ ਉਹ ਪੜ੍ਹ ਲਿਆ ਜਾਵੇ। ਬਿਲਕੁਲ, ਪਰ ਦੇਖੋ ਗੱਲ ਇਹ ਹੈ ਵੀ ਮੋਹਰੇ ਹੌਲੀ ਹੌਲੀ ਆਉਣਾ ਪੈਂਦਾ, ਪਰ ਜਦੋਂ ਮੋਹਰਲੇ ਸਫ਼ੇ ਦੀਆਂ ਖਬਰਾਂ ਪੜ੍ਹੀਆਂ ਜਾਂਦੀਆਂ ਨੇ ਤਾਂ ਫਿਰ ਮਨ ਜਿਹੜਾ ਉਹ ਕਈ ਸਾਰੇ ਉਹਦੇ ਅੰਦਰ ਸਵਾਲ ਪੈਦਾ ਸ਼ੁਰੂ ਹੋ ਜਾਂਦੇ ਨੇ ਹੁਣੇ। ਤੇ ਮੈਂ ਨਾ ਕੁਸਮ ਜੀ ਚਾਹੁੰਦੀ ਹਾਂ ਵੀ ਜਿਹੜੀਆਂ ਖਬਰਾਂ ਅੱਜ ਆਪਾਂ ਲੈ ਕੇ ਆਏ ਹਾਂ ਉਹਨਾਂ ਖਬਰਾਂ ਤੋਂ ਪਹਿਲਾਂ ਤੁਹਾਨੂੰ ਯਾਦ ਕਰਾਵਾਂ ਕਿ ਆਹ ਜੇ ਪਿਛਲੇ ਕੁਝ ਇੱਕ ਦਿਨਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅਖਬਾਰਾਂ ਦੇ ਵਿੱਚ ਜਿਹੋ ਜਿਹੀਆਂ ਖਬਰਾਂ ਆਉਂਦੀਆਂ ਪਈਆਂ ਨੇ ਕੁੜੀਆਂ ਨੂੰ ਲੈ ਕੇ, ਔਰਤਾਂ ਨੂੰ ਲੈ ਕੇ, ਉਹ ਕੁਝ ਬਹੁਤੀਆਂ ਚੰਗੀਆਂ ਨਹੀਂ ਜੀ, ਚੰਗੇ ਤੋਂ ਉਲਟ ਨੇ। ਬਿਲਕੁਲ ਬਿਲਕੁਲ। ਤੇ ਉਹ ਖਬਰਾਂ ਪੜ੍ਹ ਕੇ ਐਂ ਲੱਗਦਾ ਵੀ ਇਹ ਚੀਜ਼ਾਂ ਉਹ ਨੇ ਜਿਹੜੀਆਂ ਅਸੀਂ ਕਦੀ ਫਿਲਮਾਂ 'ਚ ਵੇਖਦੇ ਹੁੰਦੇ ਸੀ, ਕਦੀ ਅਸੀਂ ਵੱਡੇ ਸੂਬਿਆਂ ਦੇ ਵਿੱਚ ਵਾਪਰਦੀਆਂ ਹੋਈਆਂ ਵੇਖਦੇ ਹੁੰਦੇ ਸੀ, ਕਦੀ ਅਸੀਂ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਵਾਪਰਦੀਆਂ ਹੋਈਆਂ ਵੇਖਦੇ ਸੀ। ਤੁਸੀਂ ਫਿਲਮਾਂ ਦੀ ਗੱਲ ਕੀਤੀ ਹਰਮਨ ਜੀ, ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਬਾਅਦ ਵਿੱਚ ਅਪਰਾਧੀ ਇਹ ਮੰਨਦੇ ਨੇ ਵੀ ਫਲਾਨੀ ਫਿਲਮ ਤੋਂ ਪ੍ਰੇਰਿਤ ਹੋ ਕੇ ਅਸੀਂ ਇਹ ਘਟਨਾ ਕੀਤੀ। ਮਤਲਬ ਕਿਤੇ ਨਾ ਕਿਤੇ ਫਿਲਮਾਂ ਦੇ ਵਿੱਚ ਵੀ ਜੇ ਪੋਜ਼ਿਟਿਵ ਚੀਜ਼ਾਂ ਦਿਖਾਈਆਂ ਜਾਣਗੀਆਂ ਤਾਂ ਲੋਕ ਉਹਦੇ ਵੱਲ ਨੂੰ ਜਾਣਗੇ, ਪਰ ਫਿਲਮਾਂ ਦਾ ਮਕਸਦ ਇਹ ਹੁੰਦਾ ਵੀ ਜੋ ਸਾਡੇ ਆਲੇ ਦੁਆਲੇ ਹੋ ਰਿਹਾ ਉਹਨਾਂ ਦੇ ਪ੍ਰਤੀ ਸਾਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਅਸੀਂ ਜਾਗਰੂਕ ਰਹੀਏ, ਤਾਂ ਕਿ ਅਸੀਂ ਜਾਗਦੇ ਰਹੀਏ, ਤਾਂ ਕਿ ਉਹਨਾਂ ਘਟਨਾਵਾਂ ਦਾ ਸਾਹਮਣਾ ਸਾਨੂੰ ਨਾ ਕਰਨਾ ਪਵੇ। ਪਰ ਜਿਹੜੇ ਸਿਰਾਂ ਤੋਂ ਕੰਮ ਹੀ ਨਹੀਂ ਲੈਣਾ ਜਿਨ੍ਹਾਂ ਨੇ, ਉਹਨਾਂ ਨੇ ਉਸ ਚੀਜ਼ ਦੇ ਵਿੱਚ ਵੀ ਨੈਗੇਟਿਵਿਟੀ ਹੀ ਲੈਣੀ ਆ। ਬਿਲਕੁਲ ਠੀਕ ਹੈ। ਔਰ ਮੈਂ ਤੁਹਾਨੂੰ ਦੱਸਦੀ ਹਾਂ ਪਿੱਛੇ ਜੇ ਮੈਂ ਇੱਕ ਖਬਰ ਪੜ੍ਹੀ ਅਖਬਾਰ ਦੇ ਵਿੱਚ ਜਿਹਨੂੰ ਪੜ੍ਹ ਕੇ ਨਾ ਬੜਾ ਅਜੀਬ ਲੱਗਿਆ। ਫਿਲਹਾਲ ਤਾਂ ਮੌਜੂਦਾ ਖਬਰ ਦੀ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਤਾਂ ਆਸਟ੍ਰੇਲੀਆਈ ਕੁੜੀ ਜਿਹੜੀ ਰਵਨੀਤ ਕੌਰ ਬੈਂਸ, ਜਿਹੜੀ ਕਿ ਬਹੁਤ ਦੇਰ ਇਹ ਬੱਗੇ ਕੇ ਪਿਪਲੀ ਪਿੰਡ ਸੀਗਾ ਜਿੱਥੋਂ ਇਹ ਕੁੜੀ ਕਹਿ ਲਓ ਵੀ ਬਿਲੋਂਗ ਕਰਦੀ ਸੀ, ਬਹੁਤ ਦਿਨਾਂ ਤੋਂ ਬਾਅਦ ਇਹ ਸਾਜਿਸ਼ ਦਾ ਪਤਾ ਲੱਗਾ। ਆਸਟ੍ਰੇਲੀਆ ਦੇ ਵਿੱਚ ਇਹ ਕੁੜੀ ਪੱਕੀ ਸੀਗੀ ਤੇ ਆਸਟ੍ਰੇਲੀਆ ਤੋਂ ਆਪਣੇ ਮਾਪਿਆਂ ਨੂੰ ਮਿਲਣ ਦੇ ਲਈ ਇੱਥੇ ਭਾਰਤ ਆਈ ਹੋਈ ਸੀ ਤੇ 14 ਮਾਰਚ ਤੋਂ ਲਾਪਤਾ ਸੀ ਉਹ ਕੁੜੀ। ਜਦੋਂ ਤੋਂ ਬਾਅਦ ਵਿੱਚ ਕਹਿੰਦੇ ਕਿ ਬੜਾ ਇੱਕ ਵੱਡਾ ਮਾਮਲਾ ਬਣ ਕੇ ਸਾਹਮਣੇ ਆਇਆ ਸੀ, ਹਰ ਕੋਈ ਹੈਰਾਨ ਸੀ ਵੀ ਆਖਿਰਕਾਰ ਦਿਨ ਦਿਹਾੜੇ ਅਗਵਾ ਕਰ ਲਿਆ ਗਿਆ ਕੁੜੀ ਨੂੰ ਤੇ ਉਹ ਵੀ ਘਰ ਦੇ ਬਾਹਰ ਹੋਈ, ਹਨਾ ਵੀ ਪਤਾ ਹੀ ਨਹੀਂ ਲੱਗਿਆ ਵੀ ਵਾਪਰਿਆ ਕੀ, ਬਹੁਤ ਕੁਝ ਹੋਇਆ, ਹਾਰ ਕੇ ਘਰਦਿਆਂ ਨੇ ਧਰਨੇ ਵੀ ਲਗਾਏ ਵੀ ਆਖਿਰਕਾਰ ਪਤਾ ਲਗਾਇਆ ਜਾਵੇ ਕੁੜੀ ਹੈ ਕਿੱਥੇ। ਤੇ ਹੁਣ ਜਾ ਕੇ ਜਦੋਂ ਉਸ ਮਾਮਲੇ ਤੋਂ ਸਾਰਾ ਪਰਦਾ ਉੱਠਿਆ ਤੇ ਪਤਾ ਲੱਗਿਆ ਵੀ ਉਸ ਕੁੜੀ ਦਾ ਕਤਲ ਕਰ ਦਿੱਤਾ ਗਿਆ ਅਗਵਾ ਕਰਕੇ, ਤੇ ਜਦੋਂ ਇਹ ਪਤਾ ਲੱਗਿਆ ਕਿ ਉਹਦੇ ਪਿੱਛੇ ਕੋਈ ਹੋਰ ਨਹੀਂ, ਉਹਦਾ ਆਪਦਾ ਘਰ ਵਾਲਾ ਹੀ ਕਿਹਾ ਜਾ ਰਿਹਾ ਕਿ ਉਹਦੀਆਂ ਹੀ ਤਾਰਾਂ ਜੁੜੀਆਂ ਹੋਈਆਂ ਸੀ ਕਿ ਉਹਨੇ ਹੋਰ ਇੱਕ ਕੁੜੀ ਹੈ ਕਿਰਨਜੀਤ ਕੌਰ ਉਹਦੇ ਨਾਲ ਤੇ ਉਹਦੀ ਭੈਣ ਨਾਲ ਮਿਲ ਕੇ ਉਸ ਕਿਹਾ ਜਾ ਰਿਹਾ ਵੀ ਉਸ ਕੁੜੀ ਦੇ ਨਾਲ ਉਸ ਬੰਦੇ ਦੇ ਨਜਾਇਜ਼ ਸੰਬੰਧ ਸੀ ਜੋ ਅਖਬਾਰਾਂ ਹੁਣ ਤੱਕ ਬੋਲਦੀਆਂ ਨੇ, ਤੇ ਇਸ ਲਈ ਵੀ ਇਹ ਤਾਰ ਉੱਥੇ ਜੁੜਦੇ ਨੇ, ਇਸ ਕਤਲ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਗਿਆ। ਸੋ ਇਹ ਖਬਰ ਪੜ੍ਹ ਕੇ ਬਹੁਤ ਦੁੱਖ ਹੋਇਆ ਕਿਉਂਕਿ ਕਤਲ ਇੱਕ ਦਾ ਨਹੀਂ ਹੋਇਆ, 2 ਜਣਿਆਂ ਦਾ ਕਤਲ ਹੋਇਆ ਕਿਉਂਕਿ ਉਹ ਪ੍ਰੈਗਨੈਂਟ ਸੀ, ਗਰਭਵਤੀ ਸੀ ਤੇ 4 ਮਹੀਨਿਆਂ ਦਾ ਬੱਚਾ ਸੀ ਉਹਦੇ ਅੰਦਰ, ਤੇ ਉਸ ਬੱਚੇ ਦਾ ਵੀ ਕਤਲ ਨਾਲ ਕੀਤਾ ਗਿਆ। ਪਤਾ ਨਹੀਂ ਕਿੱਡਾ ਕੁ ਵੱਡਾ ਜਿਗਰਾ ਹੋਏਗਾ ਇਹਨਾਂ ਲੋਕਾਂ ਦਾ। ਇਹੋ ਜਿਹੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ 70-75% ਇਹੋ ਜਿਹੀਆਂ ਹੀ ਖਬਰਾਂ ਹੁੰਦੀਆਂ ਨੇ ਵੀ ਜਿਹਦਾ ਕਤਲ ਦੇ ਪਿੱਛੇ ਕਾਰਨ ਨਜਾਇਜ਼ ਸੰਬੰਧ ਹੁੰਦੇ ਨੇ, ਵੀ ਜੇ ਤੁਸੀਂ ਕਿਤੇ ਬਾਹਰ ਸੰਬੰਧ ਰੱਖਣੇ ਨੇ, ਤੁਹਾਨੂੰ ਕੋਈ ਹੋਰ ਚੰਗਾ ਲੱਗਣ ਲੱਗ ਪਿਆ, ਤੁਹਾਡੇ ਘਰ ਦੇ ਵਿੱਚ ਸੰਬੰਧ ਚੰਗੇ ਨਹੀਂ ਹੈਗੇ, ਤਾਂ ਤੁਸੀਂ ਉਹਨੂੰ ਬੈਠ ਕੇ ਸੁਲਝਾ ਲਓ, ਉਹਨੂੰ ਵੱਖ ਕਰ ਦਿਓ, ਤਲਾਕ ਲੈ ਲਓ, 100 ਹੋਰ ਰਾਹ ਨੇ, ਪਰ ਅਸੀਂ ਬੰਦੇ ਦੀ ਜਾਨ ਦੀ ਕੋਈ ਕੀਮਤ ਹੀ ਨਹੀਂ ਮਤਲਬ ਨਾਪਦੇ। ਤੁਹਾਨੂੰ ਯਾਦ ਹੋਣਾ, ਤੁਸੀਂ ਘਟਨਾ ਯਾਦ ਦਵਾਈ ਤਾਂ ਮੇਰੇ ਦਿਮਾਗ ਦੇ ਵਿੱਚ ਉਹ ਘਟਨਾ ਆ ਰਹੀ ਸੀ ਜੋ ਜਲੰਧਰ ਦੇ ਵਿੱਚ ਹੋਈ ਸੀਗੀ, ਜਦੋਂ ਇੱਕ ਪਤੀ ਨੇ ਆਪਦੀ ਮਾਂ ਨੂੰ ਵੀ ਮਰਵਾਇਆ ਸੀ, ਆਪਦੀ ਘਰਵਾਲੀ ਨੂੰ ਵੀ ਮਰਵਾਇਆ ਸੀ, ਔਰ ਉਹਨੂੰ ਮਿਲਣ ਆਈ ਕੋਈ ਸਹੇਲੀ ਸੀਗੀ ਜਦੋਂ ਕਤਲ ਹੋਣਾ ਸੀਗਾ, ਤੇ ਉਹ ਸਹੇਲੀ ਨੂੰ ਵੀ ਮਾਰ ਦਿੱਤਾ ਗਿਆ ਸੀ ਜਿਹੜੀ ਕਿ ਬਿਨਾਂ ਹੀ ਦੋਸ਼ ਤੋਂ ਮਰ ਗਈ।
3 ਕਤਲ 1 ਦਿਨ ਦੇ ਵਿੱਚ ਉਸ ਬੰਦੇ ਨੇ ਕਰਵਾਏ ਸੀ, ਆਪਣਾ ਸਾਰਾ ਘਰ ਉਹਨੇ ਖੂਨੋ ਖੂਨ ਕਰ ਲਿਆ ਸੀ ਸਿਰਫ ਨਜਾਇਜ਼ ਸੰਬੰਧਾਂ ਦੇ ਕਰਕੇ। ਬਿਲਕੁਲ ਸੱਚ ਹੈ, ਇਹ ਵੀ ਵਾਪਰਿਆ ਸੀ। ਉਸ ਤੋਂ ਪਹਿਲਾਂ ਤੁਸੀਂ ਵੇਖ ਲਓ, ਅਸੀਂ ਤਾਂ ਇਹ ਨਾ ਪਤਾ ਨਹੀਂ ਕਿਉਂ ਬੰਦੇ ਦੇ ਉੱਪਰ ਇਹ ਚੀਜ਼ਾਂ ਇੰਨੀਆਂ ਜ਼ਿਆਦਾ ਹਾਵੀ ਹੁੰਦੀਆਂ ਜਾ ਰਹੀਆਂ ਨੇ ਵੀ ਸਾਨੂੰ ਸੁਰਤ ਹੀ ਨਹੀਂ ਰਹਿੰਦੀ ਵੀ ਅਸੀਂ ਕੀ ਕਰ ਰਹੇ ਹਾਂ ਅਤੇ ਕਿੱਧਰ ਨੂੰ ਕਰ ਰਹੇ ਹਾਂ। ਜੋ ਜੋ ਛੋਟੀਆਂ ਬੱਚੀਆਂ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੁੰਦਾ ਰਿਹਾ ਹੈ ਨਾ, ਜਿਵੇਂ ਚੰਡੀਗੜ੍ਹ ਦੀ ਜੇ ਗੱਲ ਕਰ ਲਈਏ, 2 ਸਕੇ ਮਾਮਿਆਂ ਨੇ ਆਪਣੀ ਜਿਹੜੀ ਭੈਣ ਦੀ ਬੇਟੀ ਉਹਦੇ ਨਾਲ, ਹੈ ਨਾ, ਵੀ 2 ਸਕੇ ਮਾਮਿਆਂ ਨੇ ਆਪਣੀ ਭਨੇਵੀਂ ਦੇ ਨਾਲ, ਜਿਹਨੂੰ ਭਾਣਜੀ ਵੀ ਕਹਿ ਦਿੰਦੇ ਆ, 10 ਸਾਲਾਂ ਦੀ ਉਹ ਬੱਚੀ ਜਿਹਦੇ ਨਾਲ, ਕਹਿੰਦੇ ਹੁੰਦੇ ਵੀ ਸੂਦ ਨਾਲੋਂ ਵਿਆਜ ਪਿਆਰਾ ਹੁੰਦਾ ਹੈ ਨਾ, ਅੱਗੋਂ ਤੁਹਾਡੇ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਪਿਆਰੇ ਹੁੰਦੇ ਨੇ, ਦਾਦੀਆਂ ਨੂੰ ਪੋਤੇ ਪਿਆਰੇ ਜ਼ਿਆਦਾ ਹੁੰਦੇ ਨੇ ਆਪਦੇ ਮੁੰਡੇ ਨਾਲੋਂ, ਪਰ ਇੱਥੇ ਇਹ ਉਲਟੀ ਗੰਗਾ ਵਹੀ ਜਾਂਦੀ ਆ, ਸਮਝ ਨਹੀਂ ਆਉਂਦੀ। ਅੱਜ ਇਹਨਾਂ ਗੱਲਾਂ ਨੂੰ ਛੇੜਨ ਦੇ ਪਿੱਛੇ ਮਕਸਦ ਅਸਲ ਦੇ ਵਿੱਚ ਕੁਝ ਹੋਰ ਹੈ। ਇਹ ਸਾਰੀਆਂ ਘਟਨਾਵਾਂ ਅਸੀਂ ਤੁਹਾਨੂੰ ਕੋਈ ਇਹ ਨਹੀਂ ਕਹਿਣਾ ਚਾਹੁੰਦੇ ਵੀ ਸਾਰੇ ਪਾਸੇ ਮਾੜਾ ਹੀ ਵਾਪਰਦਾ ਪਿਆ, ਪਰ ਗੱਲ ਇਹ ਹੈ ਵੀ ਅੱਜ ਜੇ ਅਸੀਂ ਇਹ ਗੱਲਾਂ ਕਰ ਰਹੇ ਹਾਂ ਉਹ ਇਸ ਲਈ ਕਰ ਰਹੇ ਹਾਂ ਕਿਉਂਕਿ ਕੁਝ ਇੱਕ ਅੰਕੜੇ, ਕੁਝ ਇੱਕ ਗੱਲਾਂ ਇਹੋ ਜਿਹੀਆਂ ਸਾਹਮਣੇ ਆਈਆਂ ਜਿਨ੍ਹਾਂ ਨੇ ਅਸਲ ਦੇ ਵਿੱਚ ਝੰਜੋੜ ਕੇ ਰੱਖ ਦਿੱਤਾ। ਜੀ, ਮੈਂ ਕੁਸਮ ਜੀ ਸ਼ੁਰੂ ਅੱਜ ਨਾ ਸਵੇਰੇ ਇੱਕ ਕੁੜੀ ਦੀ ਕਹਾਣੀ ਪੜ੍ਹ ਲਈ। ਇਹ ਉਹ ਕੁੜੀ ਸੀ ਜਿਹਨੂੰ ਜਿਹਦੇ ਨਾਲ ਇੰਨਾ ਕੁ ਮਾੜਾ ਹੋਇਆ, ਜਿਹਨੂੰ ਲਫ਼ਜ਼ਾਂ ਦੇ ਵਿੱਚ ਬਿਆਨ ਕਰ ਪਾਉਣਾ ਬਹੁਤ ਜ਼ਿਆਦਾ ਔਖਾ ਹੈ। ਇਹ ਬੱਚੀ ਸੀਗੀ ਜਦੋਂ 8 ਸਾਲ ਦੀ ਸੀ, ਹੈ ਨਾ, ਉਦੋਂ ਤੋਂ ਕਹਿ ਲਓ ਵੀ ਜ਼ਿੰਦਗੀ ਕੁਝ ਹੋਰ ਹੀ ਹੋ ਗਈ, ਦਿਨ ਬਦਲ ਗਏ, ਜਿਹੜੀਆਂ ਅੱਖਾਂ ਸੀ ਆਪਣਿਆਂ ਦੀਆਂ ਉਹ ਫਿਰ ਗਈਆਂ, ਅਤੇ ਇਸ ਕੁੜੀ ਨੂੰ ਇਸਦੇ ਬਾਪ ਨੇ ਵੇਚ ਦਿੱਤਾ। ਓ ਮਾਈ ਗੋਡ! ਇੱਕ ਵਾਰ ਨਹੀਂ, ਕਈ ਵਾਰ, ਇੱਕ ਥਾਂ 'ਤੇ ਨਹੀਂ, ਬਹੁਤ ਸਾਰੀਆਂ ਥਾਵਾਂ 'ਤੇ। ਨਹੀਂ, ਵੇਚ ਕੇ ਵਾਪਸ ਲੈ ਆਉਂਦਾ ਸੀ ਜੀ। ਓ ਮਾਈ ਗੋਡ! ਔਰ ਥਾਵਾਂ ਵੀ ਐਸੀਆਂ ਕਿ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਕੋਈ ਬਾਹਰ ਦੀ ਕੁੜੀ ਹੈ, ਆਪਾਂ ਚਲੋ ਨਾਂ ਅਤੇ ਜਗ੍ਹਾ ਤਾਂ ਕਿਉਂ ਨਸ਼ਰ ਕਰਨੀ। ਇਹ ਜਿਹੜੀ ਲੜਕੀ ਹੈ ਇਹ ਕਹਿੰਦੇ ਕਿ ਉਹਦੇ ਆਪਣੀ ਜ਼ੁਬਾਨੀ ਜੋ ਉਹਨੇ ਕਿਹਾ ਕਿ ਮੈਨੂੰ ਹੁਣ ਤਾਂ ਹੀ ਕਹਿੰਦੀ ਕਿ ਵੱਖ ਵੱਖ ਮੈਂ ਦਫ਼ਤਰਾਂ ਦੇ ਵਿੱਚ ਵੇਚਿਆ ਗਿਆ, ਵੱਖ ਵੱਖ ਜਿਹੜੇ ਹੋਰ ਵੱਡੇ ਬਿਜ਼ਨਸ ਸੀਗੇ ਉਹਨਾਂ ਦੇ ਵਿੱਚ ਵੇਚਿਆ ਗਿਆ, ਫਿਰ ਗਿਰਜਾ ਘਰਾਂ ਦੇ ਜਿਹੜੇ ਦਫ਼ਤਰ ਹੁੰਦੇ ਨੇ ਆਫਿਸਿਸ ਉਹਨਾਂ ਦੇ ਵਿੱਚ ਵੇਚਿਆ ਗਿਆ, ਧਾਰਮਿਕ ਥਾਵਾਂ 'ਤੇ ਵੀ। ਉਸ ਤੋਂ ਬਾਅਦ ਵਿੱਚ ਅਟਾਰਨੀ ਦਾ ਦਫ਼ਤਰ ਜਿਹੜਾ ਹੁੰਦਾ ਉਹਦੇ ਵਿੱਚ ਵੀ ਮੈਨੂੰ ਵੇਚਿਆ ਗਿਆ। ਸਿਰਫ ਪੈਸਿਆਂ ਖਾਤਰ? ਜੀ। ਔਰ ਜਦੋਂ ਉਸ ਕੁੜੀ ਦੀ ਮੈਂ ਕਹਾਣੀ ਸੁਣੀ ਤੇ ਮੈਂ ਵਾਕਈ ਅੰਦਰੋਂ ਹਿੱਲ ਗਈ, ਕਿਉਂਕਿ ਉਹ ਕਹਿੰਦੀ ਕਿ ਮੈਂ ਤੁਹਾਨੂੰ ਮੈਂ ਕਹਾਣੀ ਸੁਣਾਉਂਦੀ ਹਾਂ। ਚਲੋ, ਉਹ ਜਿਹੜੀ ਲੜਕੀ ਕਹਿੰਦੀ ਕਿ ਮੈਂ 8 ਸਾਲ ਦੀ ਸੀ ਜਦੋਂ ਪਹਿਲੀ ਵਾਰ ਮੇਰੇ ਬਾਪ ਨੇ ਮੇਰਾ ਬਲਾਤਕਾਰ ਕੀਤਾ। ਓਕੇ। ਮੈਨੂੰ ਸਮਝ ਨਹੀਂ ਆਈ ਸੀ ਵੀ ਇਹ ਮੇਰੇ ਨਾਲ ਵਾਪਰਿਆ ਕੀ ਹੈ, ਹੈ ਨਾ, ਪਤਾ ਨਹੀਂ ਲੱਗਿਆ ਸੀ। ਤੇ ਮੇਰੀ ਇੱਕ ਛੋਟੀ ਭੈਣ ਵੀ ਹੈ, ਤੇ ਉਹ ਛੋਟੀ ਭੈਣ ਦਾ ਡਰਾਵਾ ਦੇਖੇ ਕਿ ਮੈਂ ਉਹਨੂੰ ਮਾਰ ਦਊਂਗਾ, ਕਿ ਮੈਂ ਉਹਨੂੰ ਨੁਕਸਾਨ ਪਹੁੰਚਾਊਂਗਾ, ਉਹਦੇ ਨਾਲ ਵੀ ਆਹੀ ਕੁਛ ਕਰੂੰਗਾ ਜਾਂ ਉਹਨੂੰ ਮਾਰ ਦਊਂਗਾ, ਇਸ ਲਈ ਤੈਨੂੰ ਆਪਣੀ ਜ਼ਬਾਨ ਬੰਦ ਰੱਖਣੀ ਪਏਗੀ। ਇਸ ਡਰ ਤੋਂ ਬਾਰ ਬਾਰ ਉਹਨੇ ਮੇਰਾ ਬਲਾਤਕਾਰ ਕੀਤਾ। ਉਸ ਤੋਂ ਬਾਅਦ ਵਿੱਚ ਮੈਂ 11 ਸਾਲ ਦੀ ਸੀ ਜਦੋਂ ਪਹਿਲੀ ਵਾਰ ਮੈਨੂੰ ਵੇਚਿਆ ਗਿਆ। ਫਿਰ ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਦੇ ਉੱਪਰ ਮੈਨੂੰ ਲਿਜਾਇਆ ਜਾਣ ਲੱਗਿਆ ਜਿੱਥੇ ਮੇਰਾ ਬਾਪ ਮੈਨੂੰ ਲੈ ਕੇ ਜਾਂਦਾ, ਅਤੇ ਰਾਤ ਨੂੰ ਉੱਥੇ ਜਦੋਂ ਮੈਨੂੰ ਰਹਿਣਾ ਪੈਂਦਾ ਉਹ ਮੇਰੇ ਕੱਪੜੇ ਵਾਪਸ ਲਿਆਉਂਦਾ, ਅਗਲੇ ਦਿਨ ਮੇਰੇ ਕੱਪੜੇ ਲੈ ਕੇ ਜਾਂਦਾ ਅਤੇ ਉਹ ਕੱਪੜੇ ਪਾ ਕੇ ਮੈਂ ਉਹਦੇ ਨਾਲ ਵਾਪਸ ਆ ਜਾਂਦੀ। ਮੇਰੀ ਮਾਂ ਜਦੋਂ ਪੁੱਛਦੀ ਕਿ ਮੈਂ ਰਾਤ ਕਿੱਥੇ ਸੀ ਤਾਂ ਉਹਨੂੰ ਇਹ ਕਿਹਾ ਜਾਂਦਾ ਕਿ ਕੋਈ ਨਾ ਕੋਈ ਬਹਾਨਾ ਜਿਹੜਾ ਉਹ ਬਣਾ ਦਿੱਤਾ ਜਾਂਦਾ ਵੀ ਅੱਜ ਕਿਤੇ ਠੀਕ ਨਹੀਂ ਸੀ, ਮੇਰੇ ਨਾਲ ਘੁੰਮਣ ਗਈ ਸੀ ਇਹ ਵੋ। ਉਸ ਤੋਂ ਬਾਅਦ ਵਿੱਚ ਹਰ ਰੋਜ਼ ਇਹੀ ਸਿਲਸਿਲਾ ਚੱਲਦਾ ਰਿਹਾ। ਮੈਨੂੰ ਇਉਂ ਲੱਗਣ ਲੱਗ ਗਿਆ ਕਿ ਜਿਹੜੇ ਸਕੂਲ ਦੇ ਵਿੱਚ ਮੈਂ ਪੜ੍ਹਦੀ ਹਾਂ, ਜਿਹੜੇ ਮੇਰੇ ਦੋਸਤ ਨੇ ਜਿੱਥੇ ਮੈਂ ਵੀਕਐਂਡ 'ਤੇ ਸਕੇਟਿੰਗ ਕਰਨ ਦੇ ਲਈ ਜਾਂਦੀ ਹਾਂ, ਸ਼ਾਇਦ ਉਹਨਾਂ ਸਾਰਿਆਂ ਦੇ ਨਾਲ ਵੀ ਆਹੀ ਕੁਛ ਹੁੰਦਾ ਹੋਵੇਗਾ, ਕਿਉਂਕਿ ਮੇਰੇ ਲਈ ਜ਼ਿੰਦਗੀ ਦਾ ਮਤਲਬ ਹੀ ਕੁਛ ਹੋਰ ਹੋ ਗਿਆ ਸੀ। ਕਹਿੰਦੇ ਨੇ ਨਾ, ਇਨਸਾਨ ਦੇ ਆਲੇ ਦੁਆਲੇ ਜੋ ਕੁਝ ਵਾਪਰਦਾ ਹੈ ਉਹਦਾ ਉਹਦੇ ਉੱਪਰ ਇੰਨਾ ਕੁ ਪ੍ਰਭਾਵ ਪੈਂਦਾ, ਚੋਰ ਨੂੰ ਸਾਰੇ ਚੋਰ ਲੱਗਣ ਲੱਗ ਜਾਂਦੇ ਨੇ। ਬੱਚਾ ਛੋਟਾ ਜਿਹੜਾ ਜਿਹਦੀ ਕਿ ਸਿੱਖਣ ਦੀ ਉਮਰ ਆ ਨਾ, ਜਿਹਦੇ ਹਲੇ ਪੂਰਾ ਦਿਮਾਗ ਦਾ ਵਿਕਾਸ ਹੀ ਨਹੀਂ ਹੋਇਆ ਵੀ ਕਿਹੜੀਆਂ ਚੀਜ਼ਾਂ ਬੁਰੀਆਂ ਨੇ ਕਿਹੜੀਆਂ ਚੀਜ਼ਾਂ ਚੰਗੀਆਂ ਨੇ, ਉਹਦੇ ਨਾਲ ਇਹੋ ਜਿਹਾ ਕੁਛ ਹੋਵੇ ਤਾਂ ਉਹਨੂੰ ਸਾਰਾ ਕੁਛ ਨੈਗੇਟਿਵ ਹੀ ਲੱਗਣਾ ਫਿਰ ਜੀ। ਔਰ ਉਹ ਜਿਵੇਂ ਉਹਨੂੰ ਲੱਗ ਰਿਹਾ ਸੀ ਵੀ ਸ਼ਾਇਦ ਜੇ ਮੇਰੇ ਨਾਲ ਇਹ ਹੋ ਰਿਹਾ ਤਾਂ ਸ਼ਾਇਦ ਬਾਕੀ ਬੱਚਿਆਂ ਨਾਲ ਵੀ ਆਹੀ ਕੁਛ ਹੁੰਦਾ, ਮੈਂ ਚਾਹ ਕੇ ਵੀ ਕਿਸੇ ਨੂੰ ਇਹ ਗੱਲ ਦੱਸ ਨਹੀਂ ਸੀ ਪਾਈ। ਇਹ ਗੱਲ ਤਾਂ ਮੈਨੂੰ ਇੱਕ ਗੱਲ ਯਾਦ ਆਈ ਆ ਵੀ ਮੈਂ ਇੱਕ ਰਿਸਰਚ ਪੜ੍ਹੀ ਸੀ ਪਿੱਛੇ ਜੇ, ਉਹ ਕਹਿੰਦੇ ਵੀ ਜਿਹੜੇ ਬੱਚਿਆਂ ਦੇ ਨਾਲ ਛੋਟੀ ਉਮਰੇ ਕੁਕਰਮ ਹੁੰਦੇ ਨੇ, ਬਲਾਤਕਾਰ ਹੁੰਦੇ ਨੇ, ਉਹ ਉਹਨਾਂ ਦੀ ਫਿਰ ਪ੍ਰਵਿਰਤੀ ਜਿਹਨਾਂ ਦੇ ਨਾਲ ਵਾਰ ਵਾਰ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਦਾ ਵਤੀਰਾ ਇਹੋ ਜਿਹਾ ਹੋ ਜਾਂਦਾ ਵੀ ਉਹ ਆਪਣੇ ਨਾਲ ਦੇ ਬੱਚਿਆਂ ਨਾਲ ਉਹੋ ਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਕਿ ਕਿਉਂਕਿ ਉਹਨਾਂ ਦੇ ਇਹ ਪ੍ਰਭਾਵ ਪੈਂਦਾ ਵੀ ਸ਼ਾਇਦ ਇੱਦਾਂ ਹੀ ਵਿਚਰੀਦਾ, ਇਹੀ ਵਤੀਰਾ ਕਰੀਦਾ। ਸੋ ਉਹ ਆਪਣੇ ਤੋਂ ਛੋਟੇ ਜਾਂ ਆਪਣੇ ਹਾਣ ਦੇ ਉਮਰ ਦੇ ਬੱਚਿਆਂ ਦੇ ਨਾਲ ਵੀ ਗਲਤ ਹਰਕਤਾਂ ਦੇ ਵਿੱਚ ਪੈ ਜਾਂਦੇ ਨੇ ਜੀ। ਉਹ ਕਹਿੰਦੇ ਕਿ ਮੈਂ ਚਾਹ ਕੇ ਵੀ ਕਿਸੇ ਨੂੰ ਕੁਛ ਵੀ ਨਹੀਂ ਦੱਸ ਪਾ ਰਹੀ ਸੀ, ਤੇ ਮੈਂ ਜਦੋਂ ਆਪਣੇ ਬੱਚਿਆਂ ਨੂੰ, ਨਾਲਦਿਆਂ ਨੂੰ, ਖੇਡਦਿਆਂ ਨੂੰ ਵੇਖਦੀ ਸੀ, ਮੇਰੇ ਜ਼ਿਹਨ 'ਚ ਆਉਂਦਾ ਹੁੰਦਾ ਸੀ ਵੀ ਯਾਰ ਇਹਨਾਂ ਨਾਲ
ਵੀ ਆਹ ਕੁਛ ਹੁੰਦਾ ਹੋਏਗਾ, ਪਰ ਇਹਨਾਂ ਨਾਲ ਕੌਣ ਕਰਦਾ ਹੋਏਗਾ, ਕਿਉਂਕਿ ਮੇਰੇ ਆਪਦੇ ਨਾਲ ਮੇਰੇ ਪਿਓ ਨੇ ਸ਼ੁਰੂਆਤ ਕੀਤੀ ਸੀ। ਤੇ ਬਾਅਦ ਵਿੱਚ ਕਹਿੰਦੀ ਹੌਲੀ ਹੌਲੀ ਮੈਂ ਇਹ ਸਾਰਾ ਕੁਛ ਸਹਿੰਦੀ ਰਹੀ, ਮੈਨੂੰ ਇਉਂ ਲੱਗਣ ਲੱਗਿਆ ਕਿ ਇਹ ਆਮ ਜ਼ਿੰਦਗੀ, ਮਤਲਬ ਨੋਰਮਲ ਜ਼ਿੰਦਗੀ ਇਹੋ ਜਿਹੀ ਹੁੰਦੀ ਹੈ, ਕੁੜੀਆਂ ਨਾਲ ਆਹੀ ਕੁਛ ਹੁੰਦਾ। ਕਹਿੰਦੀ ਮੈਂ ਇਹ ਚੀਜ਼ਾਂ ਜ਼ਿਹਨ ਦੇ ਵਿੱਚ ਬਿਠਾ ਲਈਆਂ ਸੀ, ਕਿਉਂਕਿ ਜਿਉਂ ਹੋਸ਼ ਆਈ ਉਦੋਂ ਤੋਂ ਮੇਰੇ ਨਾਲ ਆਹੀ ਕੁਝ ਵਾਪਰ ਰਿਹਾ ਸੀ। ਕਹਿੰਦੀ ਕਈ ਥਾਵਾਂ 'ਤੇ ਤਾਂ ਇਹੋ ਜਿਹੀਆਂ ਥਾਵਾਂ 'ਤੇ ਮੈਨੂੰ ਲਿਜਾਇਆ ਜਾਂਦਾ ਸੀ ਜਿੱਥੇ ਮੇਰੇ ਨਾਲ ਨਾਲ ਹੋਰ ਵੀ ਕੁੜੀਆਂ ਹੁੰਦੀਆਂ ਸੀ, ਅਤੇ ਉੱਥੇ ਇੱਕ ਔਰਤ ਹੀ ਕੁੜੀਆਂ ਦੀ ਬੋਲੀ ਲਵਾਉਂਦੀ ਹੁੰਦੀ ਸੀ, ਉੱਥੇ ਬੋਲੀ ਲੱਗਦੀ ਸੀ। ਤੇ ਕਹਿੰਦੀ ਕਿ ਮੇਰੇ ਜਿਹੜਾ ਮੇਰਾ ਪਿਓ ਸੀ ਉਹ ਪੈਸੇ ਲੈ ਕੇ ਅਤੇ ਮੈਨੂੰ ਉੱਥੇ ਛੱਡ ਕੇ ਆ ਜਾਂਦਾ ਸੀ, ਹੈ ਨਾ। ਫਿਰ ਜਿਵੇਂ ਜਿਵੇਂ ਉਮਰ ਵੱਡੀ ਹੋਈ, ਕਹਿੰਦੀ ਜਦੋਂ ਮੈਂ 28 ਸਾਲ ਦੇ ਨੇੜੇ ਤੇੜੇ ਮੇਰੀ ਉਮਰ ਪਹੁੰਚੀ, ਤੇ ਫਿਰ ਮੇਰੇ ਕੋਲ ਮੋਬਾਈਲ ਨਹੀਂ ਸੀ ਉਸ ਵੇਲੇ, ਪਰ ਕੰਪਿਊਟਰ ਸੀ। ਫਿਰ ਮੈਂ ਇੱਕ ਸੰਸਥਾ ਦੇ ਨਾਲ ਸੰਪਰਕ ਕੀਤਾ, ਉਹਨਾਂ ਨੂੰ ਆਪਣੀ ਹੱਡ ਬੀਤੀ ਸੁਣਾਈ, ਉਹ ਅਗਲੇ ਦਿਨ ਹੀ ਆ ਕੇ ਉੱਥੋਂ ਮੈਨੂੰ ਲੈ ਗਏ, ਕਿਸੇ ਹੋਰ ਸੂਬੇ ਦੇ ਵਿੱਚ ਉਹਨਾਂ ਨੇ ਰੱਖਿਆ, ਫਿਰ ਉਸ ਉੱਥੋਂ ਇੱਕ ਸੁਰੱਖਿਅਤ ਥਾਂ ਦੇ ਉੱਪਰ ਮੈਨੂੰ ਲਿਜਾਇਆ ਗਿਆ, ਅਤੇ ਜਿਸ ਤੋਂ ਬਾਅਦ ਮੇਰੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣੇ ਸ਼ੁਰੂ ਹੋਏ। ਮਾਈ ਗੋਡ, ਮਤਲਬ ਜੇ ਉਹ ਅੱਜ ਵੀ ਨਾ ਬੋਲਦੀ ਤਾਂ ਪਤਾ ਨਹੀਂ ਸਿਲਸਿਲਾ ਕਦੋਂ ਤੱਕ ਚੱਲਣਾ ਸੀ। ਬਿਲਕੁਲ ਠੀਕ, ਆਪਾਂ ਇਸ ਵਿਸ਼ੇ ਦੇ ਉੱਪਰ ਹੋਰ ਵਿਚਾਰ ਚਰਚਾ ਅੱਗੇ ਜਾਰੀ ਰੱਖਾਂਗੇ, ਪਰ ਵੇਲਾ ਛੋਟੇ ਜਿਹੇ ਵਕਫੇ ਦਾ ਹੋ ਗਿਆ ਜੀ, ਨਿੱਕਾ ਜਿਹਾ ਵਕਫਾ ਲੈਂਦੇ ਹਾਂ ਅਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਪ੍ਰਾਈਮ ਏਸ਼ੀਆ ਟੀਵੀ 'ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਵੂਮਨ ਦੇ ਵਿੱਚ। ਮੈਂ ਹਰਮਨ ਥਿੰਦ, ਮੇਰੇ ਨਾਲ ਕੁਸਮ ਸੋਨੀਆ ਜੀ, ਅਤੇ ਹੁਣ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ ਜੀ। ਬਿਲਕੁਲ, ਤੁਸੀਂ ਜੋ ਕਹਾਣੀ ਸੁਣਾਈ ਉਹ ਸੱਚਮੁੱਚ ਸੋਚਣ 'ਤੇ ਮਜਬੂਰ ਤਾਂ ਕਰਦੀ ਆ, ਪਰ ਉਹਦੇ ਨਾਲ ਨਾਲ ਇੱਕ ਸਾਨੂੰ ਸ਼ੌਕ ਵੀ ਦਿੰਦੀ ਆ, ਇੱਕ ਝਟਕਾ ਵੀ ਦਿੰਦੀ ਆ ਵੀ ਇਹੋ ਜਿਹਾ ਇਹੋ ਕੁਛ ਵੀ ਹੁੰਦਾ, ਹੈ ਨਾ। ਅਸੀਂ ਆਪਣੇ ਬੱਚਿਆਂ ਨੂੰ ਬਾਹਰਲੇ ਲੋਕਾਂ ਤੋਂ ਬਚਾਉਂਦੇ ਰਹਿੰਦੇ ਹਾਂ, ਪਰ ਸਾਨੂੰ ਇਹ ਖਿਆਲ ਹੀ ਨਹੀਂ ਹੁੰਦਾ ਵੀ ਬੱਚੇ ਦਾ ਘਰ ਦੇ ਵਿੱਚ ਵੀ ਖਿਆਲ ਰੱਖਣ ਦੀ ਲੋੜ ਆ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਅੱਜ ਦਾ ਸਮਾਂ ਤਾਂ ਇਹੋ ਜਿਹਾ ਸਮਾਂ ਹੈ ਕਿ ਜਿੱਥੇ ਕੁੜੀਆਂ ਜਿਹੜੀਆਂ ਨੇ, ਮੈਨੂੰ ਲੱਗਦਾ ਵੀ ਘਰ ਦੇ ਵਿੱਚ, ਮਤਲਬ ਬਾਹਰ ਜਿਹੜੀਆਂ ਨੇ ਉਹ ਜ਼ਿਆਦਾ ਸੁਰੱਖਿਅਤ ਨੇ ਘਰ ਨਾਲੋਂ, ਹੈ ਨਾ। ਬਾਹਰ ਤਾਂ ਫਿਰ ਵੀ ਬੰਦਾ ਰੌਲਾ ਪਾ ਲਏਗਾ, ਕਿਤੇ ਸੜਕ ਤੇ ਹੋ ਤੁਸੀਂ ਚੀਕ ਲਓਗੇ, ਤੁਸੀਂ ਬੋਲ ਲਓਗੇ, ਤੁਸੀਂ ਰੌਲਾ ਪਾ ਲਓਗੇ ਘਰ ਦੇ ਵਿੱਚ। ਨਾਲੇ ਜਦੋਂ ਅਸੀਂ ਬਾਹਰ ਹੁੰਦੇ ਹਾਂ ਨਾ, ਸਾਨੂੰ ਇਹ ਵੀ ਹੁੰਦਾ ਵੀ ਸਾਨੂੰ ਅਸੀਂ ਇੱਕ ਗੈਪ ਬਣਾਈ ਰੱਖਦੇ ਹਾਂ ਵੀ ਇਹਨਾਂ ਬੰਦਿਆਂ ਕੋਲੋਂ ਅਸੀਂ ਇਹਨਾਂ ਨੂੰ ਸਾਨੂੰ ਬਚਣ ਦੀ ਲੋੜ ਆ, ਇਹਨਾਂ ਤੋਂ ਬਚਣ ਦੀ ਲੋੜ ਆ, ਅਸੀਂ ਇਹਨਾਂ ਦੇ ਕਿੰਨੇ ਕੁ ਨਜ਼ਦੀਕ ਜਾਣਾ, ਸਾਨੂੰ ਇਹ ਗੈਪ ਬਣਾ ਕੇ ਰੱਖਦੇ ਹਾਂ ਅਸੀਂ। ਅਤੇ ਘਰ ਦੇ ਵਿੱਚ ਅਸੀਂ ਆਪਣੇ ਬਾਪ ਕੋਲੋਂ ਕਿਵੇਂ ਗੈਪ ਬਣਾ ਸਕਦੇ ਹਾਂ, ਜਿਹਨੇ ਸਾਨੂੰ ਪਾਲਿਆ ਹੁੰਦਾ, ਜਿਹਨੇ ਸਾਨੂੰ ਤੁਰਨਾ ਸਿਖਾਇਆ ਹੁੰਦਾ, ਜਿਹਨੇ ਸਾਨੂੰ ਗੋਦੀ 'ਚ ਖੜਾਇਆ ਹੁੰਦਾ, ਉਹ ਸਾਡੇ ਨਾਲ ਆ ਕੁਛ ਕਰ ਸਕਦਾ, ਅਸੀਂ ਸੋਚ ਵੀ ਨਹੀਂ ਸਕਦੇ ਜੀ। ਸੋ ਉਸ ਕੁੜੀ ਦਾ ਕਹਿਣਾ ਸੀ ਕਿ ਜਦੋਂ ਮੈਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ, ਫਿਰ ਮੈਨੂੰ ਲੱਗਿਆ ਕਿ ਮੈਂ ਆਵਾਜ਼ ਚੁੱਕ ਕੇ ਚੰਗਾ ਕੀਤਾ। ਔਰ ਸਾਰਿਆਂ ਨੂੰ ਇਹੀ ਸੁਨੇਹਾ ਮੇਰੇ ਵੱਲੋਂ ਵੀ ਅਤੇ ਸਾਡੇ ਸਾਰਿਆਂ ਵੱਲੋਂ ਵੀ ਕਦੇ ਵੀ ਚੁੱਪ ਨਾ ਰਹੋ। ਜਦੋਂ ਕੁਝ ਵੀ ਗਲਤ ਵਾਪਰਦਾ ਹੈ ਉਦੋਂ ਜ਼ਰੂਰ ਖੁੱਲ੍ਹ ਕੇ ਬੋਲੋ, ਖੁੱਲ੍ਹ ਕੇ ਆਪਣੀ ਆਵਾਜ਼ ਚੁੱਕੋ, ਤਾਂ ਜੋ ਕੁਝ ਵੀ ਮਾੜਾ ਹੋਣ ਤੋਂ ਪਹਿਲਾਂ ਪਹਿਲਾਂ ਉਹਨੂੰ ਰੋਕ ਲਿਆ ਜਾਏ, ਕਿਉਂਕਿ ਤੁਸੀਂ ਜਿੰਨੀ ਜਲਦੀ ਗਲਤ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰੋਗੇ, ਚੁੱਕੋਗੇ, ਉਨੀ ਜਲਦੀ ਇਹ ਚਾਂਸਿਸ ਵੱਧ ਜਾਂਦੇ ਨੇ, ਉਨੀ ਜਲਦੀ ਇਹ, ਹੈ ਨਾ, ਕਹਿ ਲਓ ਵੀ ਤੁਸੀਂ ਕਿਆਸਰਾ ਹੀ ਲਗਾ ਸਕਦੇ ਹੋ ਕਿ ਤੁਹਾਨੂੰ ਖੁਸ਼ੀਆਂ ਛੇਤੀ ਮਿਲਣਗੀਆਂ। ਤੁਸੀਂ ਜੋ ਗੱਲ ਕੀਤੀ ਵੀ ਚੁੱਪ ਨਹੀਂ ਰਹਿਣਾ ਚਾਹੀਦਾ, ਇਸ ਗੱਲ ਨੂੰ ਜ਼ਾਹਰ ਕਰਨਾ ਚਾਹੀਦਾ ਸਭ ਦੇ ਸਾਹਮਣੇ, ਉਸ ਤੋਂ ਬਾਅਦ ਕੀ ਅੰਜਾਮ ਹੋਏਗਾ ਉਹ ਬਾਅਦ ਦੀ ਗੱਲ ਆ, ਕਿਉਂਕਿ ਜੋ ਹੋ ਰਿਹਾ ਉਹ ਕਿਹੜਾ ਬਹੁਤ ਚੰਗਾ, ਅਤੇ ਜੇ ਅੱਗੇ ਤੁਹਾਡੇ ਬੋਲਣ ਤੋਂ ਬਾਅਦ ਕੁਝ ਬੁਰਾ ਹੋ ਜਾਏਗਾ ਤਾਂ ਇਸ ਤੋਂ ਬੁਰਾ ਤਾਂ ਨਹੀਂ ਹੋਣ ਲੱਗਾ, ਨਹੀਂ। ਸੋ ਇਸੇ ਤਰ੍ਹਾਂ ਦੀ ਮੈਂ ਇੱਕ ਕਹਾਣੀ ਪੜ੍ਹ ਰਹੀ ਸੀ ਅੱਜ ਕੱਲ੍ਹ, ਇੱਕ ਕੁਛ ਵੀਡੀਓਜ਼ ਜਿਹੜੀਆਂ ਨੇ ਉਹ ਬਹੁਤ ਵਾਇਰਲ ਹੋ ਰਹੀਆਂ ਨੇ ਕਿ ਇੱਕ ਲੜਕੀ ਰੋ ਰਹੀ ਆ, ਚੀਖ ਰਹੀ ਆ, ਔਰ ਇਹ ਗਿੜਗਿੜਾ ਰਹੀ ਆ ਥੱਲੇ ਜ਼ਮੀਨ 'ਤੇ ਬੈਠੀ ਆਪਣੇ ਬੋਏਫ੍ਰੈਂਡ ਨੂੰ ਅਤੇ ਉਹਦੇ ਦੋਸਤਾਂ ਨੂੰ ਇਹ ਕਹਿ ਰਹੀ ਆ ਕਿ ਮੈਨੂੰ ਛੱਡ ਦਿਓ। ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੰਟਰਨੈਟ 'ਤੇ, ਔਰ ਇਹ ਵੀਡੀਓ ਤਮਿਲਨਾਡੂ ਦੇ ਕੋਇੰਬਟੂਰ ਇੱਕ ਜ਼ਿਲ੍ਹਾ ਆ, ਉੱਥੇ ਦੀ ਪੁਲਾਚੀ ਸ਼ਹਿਰ ਆ, ਉੱਥੇ ਦੀ ਇਹ ਘਟਨਾ ਹੈ ਜੋ ਇਹ ਵੀਡੀਓ ਵਾਇਰਲ ਹੋਈ। ਇਹਦੇ ਵਿੱਚ ਇੱਕ ਲੜਕੀ ਜਿਹੜੀ ਆ ਉਹਦੇ ਨਾਲ ਬਲਾਤਕਾਰ ਕੀਤਾ ਗਿਆ, ਔਰ ਜਦੋਂ ਇਹਦੀ ਘੁੱਖ ਕੀਤੀ ਗਈ, ਇਹਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਿਆ ਵੀ ਇਹ ਜੋ ਮੁੰਡੇ ਨੇ ਜੋ ਉਹਦਾ ਬੋਏਫ੍ਰੈਂਡ ਅਤੇ ਉਹਦੇ ਦੋਸਤ ਸੀ, ਉਹ ਇਹ ਪਹਿਲਾ ਕੇਸ ਨਹੀਂ ਸੀ ਵੀ ਜਦੋਂ ਕਿਸੇ ਕੁੜੀ ਨਾਲ ਬਲਾਤਕਾਰ ਕੀਤਾ ਹੋਏਗਾ ਉਹਨਾਂ ਨੇ। ਜਦੋਂ ਜਾਂਚ ਕੀਤੀ ਗਈ ਤਾਂ ਇਹ ਪਤਾ ਲੱਗਿਆ ਵੀ ਇਹ ਜੋ ਗਰੁੱਪ ਹੈ ਮੁੰਡਿਆਂ ਦਾ, ਇਹ ਕੀ ਕਰਦੇ ਆ ਕਿ ਸੋਸ਼ਲ ਮੀਡੀਆ 'ਤੇ ਕੁੜੀਆਂ ਨੂੰ ਫਰੈਂਡਸ ਬਣਾਉਂਦੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਇੱਕ ਮੁੰਡਾ ਉਹਨਾਂ ਦੇ ਵਿੱਚੋਂ ਪਿਆਰ ਪਾਉਂਦਾ ਆ ਅਤੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅਤੇ ਮਿਲਣ ਲਈ ਸੱਦ ਲੈਂਦੇ ਆ। ਜਦੋਂ ਕੁੜੀ ਮਿਲਣ ਆਉਂਦੀ ਆ ਅਤੇ ਉਹਨੂੰ ਕੁਛ ਨਸ਼ਾ ਦੇ ਕੇ ਜਾਂ ਪਿਲਾ ਕੇ ਕਿਸੇ ਸੁੰਨਸਾਨ ਥਾਂ 'ਤੇ ਲਿਜਾਇਆ ਜਾਂਦਾ, ਰੇਪ ਕੀਤਾ ਜਾਂਦਾ, ਉਹਦੀ ਵੀਡੀਓ ਬਣਾਈ ਜਾਂਦੀ ਆ, ਬਾਅਦ ਵਿੱਚ ਉਹ ਵੀਡੀਓ ਦਿਖਾ ਕੇ ਉਹਨੂੰ ਧਮਕਾਇਆ ਜਾਂਦਾ ਆ ਅਤੇ ਉਹਦੇ ਤੋਂ ਪੈਸੇ ਬਟੋਰੇ ਜਾਂਦੇ ਆ। ਔਰ ਪਤਾ ਨਹੀਂ ਕਿੰਨੀਆਂ ਹੀ ਕੁੜੀਆਂ ਦੇ ਨਾਲ ਉਹ ਇਹ ਸਭ ਕੁਛ ਕਰ ਚੁੱਕੇ ਸੀਗੇ। ਪਹਿਲਾਂ ਕੀ ਹੁੰਦਾ ਸੀਗਾ, ਉਹ ਵੀਡੀਓ ਨਹੀਂ ਸੀ ਬਣਾਉਂਦੇ, ਪਹਿਲਾਂ ਸਿਰਫ ਰੇਪ ਕਰਕੇ ਛੱਡ ਦਿੰਦੇ ਸੀਗੇ, ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਵੀ ਕਿਉਂ ਨਾ ਵੀਡੀਓ ਬਣਾਈਏ ਅਤੇ ਪੈਸੇ ਕਮਾਉਣ ਦਾ ਸਾਧਨ ਮਿਲ ਜਾਊਗਾ ਸਾਨੂੰ। ਫਿਰ ਉਹਨਾਂ ਨੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਪੁਲਾਚੀ ਸ਼ਹਿਰ ਦੇ ਵਿੱਚ ਇਸ ਕੁੜੀ ਦੀ ਵੀਡੀਓ ਉਹਨਾਂ ਨੇ ਬਣਾਈ
ਤਾਂ ਉਹਨੇ ਜਿਹੜੀ ਉਹ ਕੁੜੀ ਸੀਗੀ ਉਹ ਚੁੱਪ ਨਹੀਂ ਰਹੀ। ਉਹਨੇ ਜਦੋਂ ਦੇਖਿਆ ਕਿ ਇੰਟਰਨੈਟ 'ਤੇ ਵੀਡੀਓ ਵਾਇਰਲ ਹੋ ਗਈ ਆ, ਬਹੁਤ ਜ਼ਿਆਦਾ ਡਿਪਰੈਸਡ ਰਹਿਣ ਲੱਗ ਪਈ ਨਾ, ਕਿਸੇ ਨੂੰ ਦੱਸਿਆ ਨਹੀਂ, ਫਿਰ ਉਹਦੇ ਭਰਾ ਨੇ ਉਹਨੂੰ ਪੁੱਛਿਆ ਵੀ ਤੈਨੂੰ ਕੀ ਗੱਲ ਆ, ਤੂੰ ਇੰਨੀ ਡਿਪਰੈਸਡ ਕਿਉਂ ਨਾ, ਤੂੰ ਮੇਰੇ ਨਾਲ ਸਾਂਝੀ ਕਰ ਸਕਦੀ ਗੱਲ। ਅਤੇ ਜਦੋਂ ਉਹਨੇ ਆਪਣੇ ਭਰਾ ਨੂੰ ਦੱਸਿਆ ਤਾਂ ਫਿਰ ਭਰਾ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਜੀ। ਭਰਾ ਨੇ ਉਹਨੂੰ ਕਿਹਾ ਵੀ ਤੂੰ ਇੰਨੇ ਮਹੀਨਿਆਂ ਤੋਂ ਚੁੱਪ ਕਿਉਂ ਰਹੀ, ਤੂੰ ਮੈਨੂੰ ਕਿਉਂ ਨਹੀਂ ਦੱਸਿਆ। ਔਰ ਉਹਦਾ ਭਰਾ ਵੀ ਚੁੱਪ ਨਹੀਂ ਬੈਠਿਆ, ਨਹੀਂ ਤਾਂ ਬਹੁਤੀ ਵਾਰ ਇਹ ਹੁੰਦਾ ਵੀ ਨਹੀਂ ਤੂੰ ਬਾਹਰ ਨਹੀਂ ਆਵਾਜ਼ ਕੱਢਣੀ, ਸਾਡੀ ਬਦਨਾਮੀ ਹੋ ਜੂਗੀ, ਸਾਡੀ ਪੱਗ ਦਾ ਖਿਆਲ ਰੱਖ ਤੇ ਉਹ, ਹੈ ਨਾ। ਸੋ ਉਹਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਔਰ ਉਹਦੇ 'ਤੇ ਜਾਂਚ ਕੀਤੀ ਗਈ, ਪੂਰੀ ਪੜਤਾਲ ਕੀਤੀ ਗਈ ਅਤੇ ਉਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਜੀ, ਔਰ ਜਿਹੜਾ ਮੇਨ ਜੋ ਉਸਦਾ ਬੁਆਏਫ੍ਰੈਂਡ ਬਣਿਆ ਹੋਇਆ ਸੀਗਾ, ਜਿਹੜਾ ਮੁੱਖ ਅਪਰਾਧੀ ਸੀਗਾ, ਉਹਨੂੰ ਕਿੰਨੇ ਮਹੀਨਿਆਂ ਬਾਅਦ ਗ੍ਰਿਫਤਾਰ ਕੀਤਾ ਗਿਆ। ਔਰ ਜਦੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਵੀ ਉਹ ਕੋਈ ਸਾਜਿਸ਼ ਹੀ ਰਚ ਰਿਹਾ ਸੀਗਾ, ਆਪਣੇ ਦੋਸਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਉਹ ਟਲਿਆ ਨਹੀਂ। ਇੰਨੇ ਮਾਨਸਿਕ ਰੋਗੀ ਨੇ ਸਾਡੇ ਸਮਾਜ ਦੇ ਵਿੱਚ। ਤੁਸੀਂ ਇਹ ਵੇਖੋ ਲੁਧਿਆਣੇ ਦੇ ਵਿੱਚ ਜੋ ਕੁਝ ਵਾਪਰਿਆ ਸੀ, ਤੁਹਾਨੂੰ ਯਾਦ ਹੋਏਗਾ ਚਾਕਲੇਟ ਡੇ ਵਾਲੇ ਦਿਨ, ਕਿ ਉਹ ਵੀ ਇਸ ਤਰੀਕੇ ਦੇ ਨਾਲ ਹੀ ਮੁੰਡਾ ਕੁੜੀ ਦੋਵਾਂ ਨੂੰ ਅਗਵਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਵਿੱਚ ਉਹਨਾਂ ਤੋਂ ਫਿਰੌਤੀ ਮੰਗੀ ਗਈ ਸੀ ਅਤੇ ਕੁੜੀ ਦੇ ਨਾਲ ਪਤਾ ਨਹੀਂ ਕਿੰਨੇ ਜਣਿਆਂ ਨੇ ਬਲਾਤਕਾਰ ਕੀਤਾ ਸੀ। ਉਸ ਕੇਸ ਦੇ ਵਿੱਚ ਵੀ ਜਦੋਂ ਇਹ ਪੜਤਾਲ ਹੋਈ, ਜਦੋਂ ਬੰਦੇ ਜਿਹੜੇ ਉਹ ਫੜੇ ਗਏ, ਤਾਂ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਸੀ। ਜੀ ਜੀ, ਉਹ ਇਸ ਤੋਂ ਪਹਿਲਾਂ ਵੀ ਬਹੁਤ ਵਾਰੇ ਸਾਰਾ ਕੁਛ ਕਰ ਚੁੱਕੇ ਸੀ। ਉਹ ਹਮੇਸ਼ਾ ਹੀ ਇਸ ਤਾੜ 'ਚ ਰਹਿੰਦੇ ਸੀ ਕਿ ਉਸ ਸੁਨਸਾਨ ਜੀ ਸੜਕ ਦੇ ਉੱਪਰ ਕੋਈ ਆਉਣ ਮੁੰਡਾ ਕੁੜੀ, ਅਤੇ ਅਸੀਂ ਉਹਨਾਂ ਨੂੰ ਬਲੈਕਮੇਲ ਕਰਕੇ ਅਤੇ ਆਹ ਕੁਛ ਕਰੀਏ, ਹੈ ਨਾ। ਅਤੇ ਇਹ ਜਦੋਂ ਗੱਲਾਂ ਨਿਕਲ ਕੇ ਆਈਆਂ ਸਾਹਮਣੇ, ਤਾਂ ਉਹ ਇਸ ਲਈ ਇੰਨਾ ਅਪਰਾਧ ਵੱਧ ਗਿਆ ਕਿ ਪਹਿਲਾਂ ਸ਼ਾਇਦ ਇਹ ਗੱਲ ਕਦੀ ਨਿਕਲ ਕੇ ਬਾਹਰ ਹੀ ਨਹੀਂ ਆਈ, ਹੈ ਨਾ। ਜਿਹਦੇ ਤੋਂ ਬਾਅਦ ਵਿੱਚ ਉਹਨਾਂ ਦੇ ਹੋਰ ਜ਼ਿਆਦਾ ਕਹਿ ਲਓ ਵੀ ਉਹਨਾਂ ਦੇ ਵਿੱਚ ਆ ਗਿਆ ਕਿ ਅਸੀਂ ਇਹ ਇੱਦਾਂ ਦੇ ਅਪਰਾਧ ਕਰ ਸਕਦੇ ਹਾਂ, ਵੱਧ ਤੋਂ ਵੱਧ ਸਾਡੇ ਖਿਲਾਫ਼ ਕਿਹੜਾ ਕੋਈ ਬੋਲੇਗਾ, ਹੈ ਨਾ। ਪਰ ਨਹੀਂ, ਕਿਤੇ ਨਾ ਕਿਤੇ ਤਾਂ ਜਿਹੜਾ ਘੜਾ ਉਹ ਭਰਦਾ ਹੁੰਦਾ। ਇਹ ਜਿਹੜਾ ਮੁੰਡਾ ਹੈ ਜਾਂ ਇਹਦੇ ਸਾਥੀ ਨੇ ਜਿਹੜੇ, ਇਹ ਤਾਂ ਹਾਲੇ ਤੱਕ ਬਚ ਰਿਹਾ ਕਿਉਂਕਿ ਇਹਨਾਂ ਵਿੱਚੋਂ ਇੱਕ ਦਾ ਕੋਈ ਰਾਜਨੀਤਿਕ ਬੰਦਿਆਂ ਨਾਲ ਸੰਬੰਧ ਹੈ ਜੀ। ਮਤਲਬ ਵੱਡੀ ਅਸਾਮੀ ਦੇ ਲੋਕ ਨੇ, ਰਾਜਨੀਤਿਕ ਲੋਕ ਉਹਨਾਂ ਦੇ ਸੰਬੰਧ ਦੇ ਵਿੱਚ ਨੇ, ਤਾਂ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ ਵੀ ਜੇ ਸਾਨੂੰ ਕੁਛ ਹੋ ਗਿਆ ਤਾਂ ਸਾਨੂੰ ਛੁਡਾ ਲਿਆ ਜਾਣਾ, ਗ੍ਰਿਫਤਾਰੀ ਵੀ ਹੋ ਗਈ ਤਾਂ ਅਸੀਂ ਬਾਹਰ ਆ ਜਾਣਾ ਜਲਦੀ। ਸੋ ਕਿਸੇ ਦਾ ਡਰ ਖੌਫ ਹੀ ਨਹੀਂ, ਜਦ ਕਾਨੂੰਨ ਦਾ ਡਰ ਹੀ ਨਹੀਂ ਤਾਂ ਫਿਰ ਅਪਰਾਧ ਕਰਨੋ ਕਿੱਥੋਂ ਬੰਦਾ ਟਲਦਾ। ਕੋਇੰਬਟੂਰ ਦੇ DSP ਨੇ ਵੀ ਇਹ ਮੰਨਿਆ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ, ਮੀਡੀਆ ਨੂੰ ਉਹਨੇ ਇਹ ਸੰਬੋਧਨ ਕੀਤਾ ਔਰ ਉਹਨੇ ਸਾਫ਼ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਕਿਹਾ ਵੀ ਰਾਜਨੀਤਿਕ ਸੰਬੰਧ ਨੇ ਇਸ ਦੇ ਵਿੱਚ ਔਰ ਰਾਜ ਸਰਕਾਰ ਜਿਹੜੀ ਇਹਦੇ ਵਿੱਚ ਬਿਲਕੁਲ ਕੋਈ ਰੁਚੀ ਨਹੀਂ ਲੈ ਰਹੀ ਔਰ ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ। ਉਹਨੇ ਸ਼ਰੇਆਮ ਇਹ ਗੱਲ ਕਹੀ ਆ। ਇਹ ਸਾਡੇ ਸਮਾਜ ਦਾ ਇੱਕ ਸ਼ੀਸ਼ਾ। ਸੋ ਗੱਲ ਉਹੀ ਹੈ ਜਿਹੜੀ ਅਸੀਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਹਿਣੀ ਚਾਹੁੰਦੇ ਹਾਂ ਕਿ ਕਦੇ ਵੀ ਗਲਤ ਦੇ ਖਿਲਾਫ਼ ਚੁੱਪ ਨਾ ਰਹੋ। ਇਹ ਜੋ ਜਿਵੇਂ ਤੁਸੀਂ ਕਿਹਾ ਕਿ ਜੋ ਹੋਏਗਾ ਬਾਅਦ ਵਿੱਚ ਉਹ ਬਾਅਦ ਦੀ ਗੱਲ ਹੈ, ਪਰ ਜੋ ਹੋ ਰਿਹਾ ਹੈ ਉਹਨੂੰ ਰੋਕਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਪਹਿਲੀ ਗੱਲ ਤਾਂ ਕਦੇ ਵੀ ਕਿਸੇ ਦੇ ਉੱਪਰ ਇੰਨਾ ਸੌਖਿਆਂ ਵਿਸ਼ਵਾਸ ਨਾ ਕਰੋ ਕਿ ਕੋਈ ਵੀ ਸਾਨੂੰ ਇਕੱਲਿਆਂ ਮਿਲਣ ਦੇ ਲਈ ਬੁਲਾਵੇ ਤਾਂ ਅਸੀਂ ਮੂੰਹ ਚੱਕ ਕੇ ਉੱਥੇ ਚੱਲੇ ਜਾਈਏ। ਬਿਲਕੁਲ, ਇਹੀ ਗੱਲ ਸੋਚ ਰਹੀ ਸੀਗੀ ਵੀ ਜੇ ਤੁਹਾਨੂੰ ਸੋਸ਼ਲ ਮੀਡੀਆ ਤੇ ਉਹਨੇ ਫਰੈਂਡਸ ਬਣਾ ਲਿਆ, ਠੀਕ ਹੈ, ਤੁਸੀਂ ਉਹਦੇ ਪਿਆਰ ਵਿੱਚ ਵੀ ਪੈ ਗਏ, ਠੀਕ ਆ, ਫਿਰ ਤੁਸੀਂ ਕਿਸੇ ਅਣਜਾਣ ਬੰਦੇ ਨੂੰ ਇੰਨੀ ਜਲਦੀ ਮਿਲਣ ਚਲੇ ਜਾਂਦੇ ਹੋ, ਉਹ ਵੀ ਇਕੱਲੇ ਬਿਨਾਂ ਕਿਸੇ ਉਹਦੇ ਤੋਂ। ਤੁਸੀਂ ਇਹ ਤਾਂ ਕਹਿੰਦੇ ਆ ਵੀ ਅਸੀਂ ਆਪਦੇ, ਤੁਹਾਨੂੰ ਕਈ ਵਾਰੀ ਆਪਦੇ ਮਾਂ ਪਿਓ ਤੋਂ ਵਿਸ਼ਵਾਸ ਉੱਠ ਜਾਂਦਾ, ਕੋਈ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਘਰ ਦੇ ਵਿੱਚ, ਤਾਂ ਅਸੀਂ ਇਹ ਕਹਿ ਦਿੰਦੇ ਹਾਂ ਵੀ ਅਸੀਂ ਮਾਂ ਬਾਪ ਤੋਂ ਜ਼ਿਆਦਾ ਸਿਆਣੇ ਹੋ ਗਏ, ਤੇ ਇੱਕ ਅਣਜਾਣ ਬੰਦੇ ਕੋਲ ਜਾ ਕੇ ਤੁਸੀਂ ਆਪਦੀ ਜ਼ਿੰਦਗੀ ਦੇ ਕਈ ਵਾਰੀ ਸਾਰੇ ਰਾਜ ਫਰੋਲ ਆਉਂਦੇ ਆ। ਬਿਲਕੁਲ ਠੀਕ ਹੈ, ਔਰ ਇੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਪਰ ਨਾਲ ਦੀ ਨਾਲ ਮੈਨੂੰ ਲੱਗਦਾ ਵੀ ਘਰ ਦੇ ਮਾਹੌਲ ਦਾ ਵੀ ਬਹੁਤ ਫਰਕ ਪੈਂਦਾ, ਸਮਝੀ, ਕਿਉਂਕਿ ਮੈਨੂੰ ਲੱਗਦਾ ਘਰ ਦੇ ਮਾਹੌਲ ਨੂੰ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਜਿਹਦੇ ਵਿੱਚ ਬੱਚਾ ਚਾਹ ਕੇ ਵੀ ਤੁਹਾਡੇ ਤੋਂ ਕੋਈ ਲੋਕੋਲਾ ਨਾ ਰੱਖ ਸਕੇ, ਹੈ ਨਾ। ਤੁਸੀਂ ਬੱਚੇ ਦੇ ਨਾਲ, ਕਿਉਂਕਿ ਜਿਵੇਂ ਜਿਵੇਂ ਠੀਕ ਆ, ਪਹਿਲਾਂ ਆਪਾਂ ਬੱਚੇ ਨੂੰ ਆਪਣੀ ਛਾਇਆ ਦੇ ਹੇਠ ਰੱਖਦੇ, ਆਪਣੀ ਛਾਂ ਹੇਠ ਰੱਖਦੇ ਹਾਂ, ਜਿਉਂ ਜਿਉਂ ਬੱਚੇ ਦੀ ਉਮਰ ਅੱਗੇ ਵੱਧਦੀ ਹੈ ਤਿਉਂ ਤਿਉਂ ਨਾ ਮਾਪਿਆਂ ਨੂੰ ਬੱਚਿਆਂ ਦਾ ਦੋਸਤ ਬਣ ਜਾਣਾ ਚਾਹੀਦਾ, ਤਾਂ ਜੋ ਬੱਚੇ ਤੁਹਾਡੇ ਨਾਲ ਆਪਣੇ ਦਿਲ ਦੀ, ਆਪਣੇ, ਹੈ ਨਾ, ਜੋ ਵੀ ਉਹਨਾਂ ਦੇ ਅੰਦਰ ਗੱਲ ਚੱਲ ਰਹੀ ਹੋਏ ਦਿਮਾਗ ਦੇ ਵਿੱਚ, ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰ ਸਕਣ, ਤਾਂ ਜੋ ਆਪਾਂ ਸਮੇਂ ਰਹਿੰਦੇ, ਜਦੋਂ ਸਮਾਂ ਰਹਿ ਜਾਵੇ, ਸਮਾਂ ਰਹਿੰਦੇ ਹੀ ਅਸੀਂ ਜੋ ਸਹੀ ਗਲਤ ਹੈ ਉਹਦੀ ਪੜਤਾਲ ਕਰ ਸਕੀਏ। ਜੇਕਰ ਬੱਚਾ ਕਿਸੇ ਗਲਤ ਰਾਹ ਦੇ ਉੱਪਰ ਜਾ ਰਿਹਾ ਤਾਂ ਅਸੀਂ ਪਿਆਰ ਨਾਲ ਉਹਨੂੰ ਸਮਝਾਈਏ, ਰਾਦਰ ਦੈਨ ਕਿ ਉੱਥੇ ਹੀ ਅਸੀਂ ਕਲੇਸ਼ ਪਾ ਲਈਏ, ਕੁੱਟ ਕਟਾਪਾ। ਕਈ ਵਾਰ ਬੱਚਾ ਇਸ ਚੀਜ਼ ਤੋਂ ਡਰਦਾ ਵੀ ਆਪਣੀ ਜ਼ੁਬਾਨ ਨਹੀਂ ਖੋਲ੍ਹਦਾ। ਤੁਸੀਂ ਹਰਮਨ ਜੀ, ਇਹ ਤੁਸੀਂ ਜੋ ਗੱਲ ਚੱਕੀ ਹੈ ਨਾ, ਵੀ ਕਈ ਵਾਰੀ ਬੱਚੇ ਜਿਹੜੇ ਆ ਉਹ ਇੰਨੇ ਜ਼ਿਆਦਾ ਡਿਪਰੈਸਡ ਹੋ ਜਾਂਦੇ ਆ ਵੀ ਉਹ ਸੁਸਾਈਡ ਤੱਕ ਕਰ ਲੈਂਦੇ ਜੀ, ਉਹ ਗਲਤ ਰਾਹ ਅਪਣਾ ਲੈਂਦੇ ਨੇ, ਬਾਅਦ ਵਿੱਚ ਸਾਨੂੰ ਸਾਰੀ ਉਮਰ ਇਹੀ ਨਹੀਂ ਪਤਾ ਲੱਗਦਾ ਵੀ ਸਾਡੇ ਬੱਚੇ ਨੇ ਜਾਨ ਕਿਉਂ ਦੇ ਦਿੱਤੀ, ਕਾਰਨ ਕੀ ਬਣਿਆ, ਹੈ ਨਾ। ਸੋ ਇਹਦੇ ਇਸ ਖਬਰ ਦੇ ਨਾਲ ਜੁੜੀਆਂ ਜੇ ਦੋ ਚਾਰ ਗੱਲਾਂ ਮੈਂ ਹੋਰ ਦੱਸਾਂ, ਤਾਂ ਜਦੋਂ ਇਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਹਨਾਂ ਦੇ ਮੋਬਾਈਲ ਫੋਨ ਜਦੋਂ ਜ਼ਬਤ ਕੀਤੇ ਗਏ ਤੇ ਉਹਦੇ ਵਿੱਚੋਂ 4 ਵੀਡੀਓਜ਼ ਹੋਰ ਕੱਢੀਆਂ ਗਈਆਂ ਜੋ ਕਿ ਹੋਰ ਕੁੜੀਆਂ ਦੀਆਂ ਬਣਾਈਆਂ ਗਈਆਂ ਸੀ। ਉਹਨਾਂ ਵਿੱਚੋਂ ਦੋ ਕੁੜੀਆਂ ਜਿਹਦੇ ਭਰਾ ਨੇ ਸ਼ਿਕਾਇਤ ਕੀਤੀ ਉਹ
ਇਹ ਪੁਲਿਸ ਜਦੋਂ ਇਹ ਸਾਰਾ ਕੇਸ ਦੇਖ ਰਹੀ ਸੀਗੀ ਤਾਂ ਪੁਲਿਸ ਨੇ ਇਹ ਵੀ ਜਾਂਚ ਕੀਤੀ ਵੀ 2012 ਦੇ ਵਿੱਚ ਬਹੁਤ ਸਾਰੀਆਂ 2012 ਤੋਂ ਲੈ ਕੇ 2019 ਤੱਕ ਬਹੁਤ ਸਾਰੀਆਂ ਕੁੜੀਆਂ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਨੇ ਬਿਨਾਂ ਪਤਾ ਨਹੀਂ ਕਾਰਨਾਂ ਦਾ ਪਤਾ ਨਹੀਂ ਲੱਗਿਆ ਸੁਸਾਈਡ ਕੀਤਾ ਹੋਇਆ ਸੀ। ਹੁਣ ਉਹ ਵੀ ਜਿਹੜੇ ਕੇਸ ਆ ਉਹ ਦੁਬਾਰਾ ਖੁੱਲ੍ਹੇ ਨੇ ਵੀ ਉਹਨਾਂ ਵਿੱਚ ਕਿਤੇ ਇਹ ਟਾਂਕਾ ਤਾਂ ਨਹੀਂ ਸੀਗਾ, ਹੈ ਨਾ, ਵੀ ਇਹ ਕੋਈ ਕਾਰਨ ਤਾਂ ਨਹੀਂ ਸੀਗਾ ਵੀ ਉਹ ਜਿਹੜੀਆਂ ਕੁੜੀਆਂ ਨੇ ਸ਼ਾਇਦ ਇਹਨਾਂ ਦਾ ਹੀ ਸ਼ਿਕਾਰ ਹੋਈਆਂ ਹੋਣ ਜਾਂ ਇਹਨਾਂ ਵਰਗੇ ਹੋਰ ਮੁੰਡਿਆਂ ਦਾ ਸ਼ਿਕਾਰ ਹੋਈਆਂ ਹੋਣ। ਸੋ ਇਹ ਜਦੋਂ ਹੁਣ ਕੇਸ ਖੁੱਲੂਗਾ ਉਹਦਾ ਬਾਅਦ ਵਿੱਚ ਪਤਾ ਲੱਗੂਗਾ, ਪਰ ਫਿਰ ਵੀ ਜਿਹੜੀ ਇੱਕ ਸ਼ੁਰੂਆਤ ਹੋਈ ਆ, ਜਿਹੜੀਆਂ ਇਹ ਕੁੜੀਆਂ ਨੂੰ ਜਾਗਰੂਕ ਕਰਨ ਦੀ ਇੱਕ ਸ਼ੁਰੂਆਤ ਹੋਈ ਆ, ਉਹਦੇ ਵਿੱਚ ਮੈਨੂੰ ਲੱਗਦਾ ਪੁਲਿਸ ਦਾ ਵੀ ਜਿਹੜਾ ਸਾਨੂੰ ਸਾਥ ਦੇਣਾ ਚਾਹੀਦਾ, ਉਹਨੂੰ ਕੁੜੀਆਂ ਨੂੰ ਵੀ ਸਾਥ ਦੇਣਾ ਚਾਹੀਦਾ, ਔਰ ਜਿਹੜੀ ਰਾਜਨੀਤਿਕ ਸੰਬੰਧਾਂ ਦੀ ਜਿਹੜੀ ਗੱਲ ਆ ਉਹਨਾਂ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਜੋ ਗਲਤ ਹੈ ਉਹ ਗਲਤ ਹੈ। ਬਿਲਕੁਲ ਠੀਕ ਹੈ, ਗਲਤ ਦੀ ਸਜ਼ਾ ਮਿਲਣੀ ਆ ਉਹ ਭਾਵੇਂ ਕੁਝ ਵੀ ਹੋ ਜਾਵੇ ਜੀ। ਔਰ ਮਾਵਾਂ ਨੂੰ ਜ਼ਰੂਰ ਚਾਹੀਦਾ ਕਿ ਆਪਣੀਆਂ ਧੀਆਂ ਦੇ ਮਿੱਤਰ ਬਣੇ, ਕਿਉਂਕਿ ਹਮੇਸ਼ਾ ਕਿਹਾ ਜਾਂਦਾ ਮਾਂ ਧੀ ਦੀ ਮਿੱਤਰ ਹੁੰਦੀ ਹੈ। ਜੀ ਜੀ ਜੀ, ਤੇ ਇਹੋ ਜਿਹਾ ਮਾਹੌਲ ਘਰ ਦੇ ਵਿੱਚ ਸਿਰਜਣਾ ਚਾਹੀਦਾ, ਮਾਂ ਧੀ ਦਾ ਰਿਸ਼ਤਾ ਇੰਨਾ ਖੂਬਸੂਰਤ ਹੋਣਾ ਚਾਹੀਦਾ ਕਿ ਠੀਕ ਹੈ ਇੱਕ ਗੈਪ ਜ਼ਰੂਰ ਹੁੰਦਾ ਹੈ, ਇੱਕ ਮਾਂ ਧੀ ਦੇ ਵਿੱਚ ਇੱਕ ਜਿਹੜਾ ਕਹਿ ਲਓ ਵੀ ਹੈ ਨਾ ਹੋਣਾ ਚਾਹੀਦਾ ਗੈਪ, ਉਹ ਜ਼ਰੂਰ ਹੋਵੇ, ਪਰ ਮਾਨਸਿਕ ਜਿਹੜਾ ਗੈਪ ਹੈ ਉਹ ਨਹੀਂ ਹੋਣਾ ਚਾਹੀਦਾ, ਉਹ ਮਤਭੇਦ ਨਹੀਂ ਹੋਣੇ ਚਾਹੀਦੇ। ਤੁਸੀਂ ਆਪਣੀ ਬੱਚੀ ਨੂੰ ਖਾਸ ਤੌਰ ਤੇ ਇੱਕ ਮੈਂ ਹੋਰ ਜ਼ਰੂਰ ਬੇਨਤੀ ਕਰਨਾ ਚਾਹੁੰਦੀ, ਅੱਜ ਕੱਲ੍ਹ ਤਾਂ ਵੀਡੀਓਜ਼ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ, ਪਰ ਖੈਰ ਜੇਕਰ ਆਪਾਂ ਧਿਆਨ ਦਈਏ ਇਹਨਾਂ ਚੀਜ਼ਾਂ ਵੱਲ, ਕਿਉਂਕਿ ਬਹੁਤ ਵਾਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੂੰ ਅਣਗੌਲਿਆਂ ਕਰ ਜਾਂਦੇ ਹਾਂ। ਜਿਹੜੀ ਵੀਡੀਓ ਦੀ ਮੈਂ ਗੱਲ ਕਰ ਰਹੀ ਹਾਂ, ਗੁੱਡ ਟੱਚ ਤੇ ਬੈਡ ਟੱਚ, ਜੀ ਆਪਾਂ ਅੱਗੇ ਵੀ ਗੱਲ ਕੀਤੀ, ਅਸੀਂ ਅੱਗੇ ਵੀ ਇਸ ਵਿਸ਼ੇ ਦੇ ਉੱਪਰ ਗੱਲ ਕੀਤੀ ਵੀ ਆਪਣੀਆਂ ਬੱਚੀਆਂ ਨੂੰ, ਜਿਹੜੀਆਂ ਛੋਟੀਆਂ ਬੱਚੀਆਂ ਨੇ ਖਾਸ ਤੌਰ ਤੇ, ਕਿਉਂਕਿ ਅੱਜ ਜ਼ਮਾਨਾ ਉਹ ਨਹੀਂ ਰਿਹਾ, ਆਪਾਂ ਉਹਨਾਂ ਬੱਚੀਆਂ ਨੂੰ ਜ਼ਰੂਰ ਇੱਕ ਜਿਹੜਾ ਚੰਗਾ ਟੱਚ ਹੈ, ਸਪਰਸ਼ ਹੈ, ਉਹਦੇ ਬਾਰੇ 'ਚ ਦੱਸੀਏ, ਜੋ ਮਾੜੇ ਤਰੀਕੇ ਨਾਲ ਕੋਈ ਤੁਹਾਨੂੰ ਟੱਚ ਕਰਦਾ ਉਹਦਾ ਫਰਕ ਉਹਨੂੰ ਸਮਝਾਈਏ, ਤਾਂ ਜੋ ਬੱਚੇ ਨੂੰ ਵੀ ਸਮਝ ਲੱਗ ਸਕੇ ਕਿ ਮੇਰੇ ਨਾਲ ਵਾਪਰ ਕੀ ਰਿਹਾ। ਬਹੁਤ ਵਾਰ ਐਂ ਹੁੰਦਾ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਬਿਲਕੁਲ ਕਿ ਮੇਰੇ ਨਾਲ ਹੋ ਕੀ ਗਿਆ, ਹੈ ਨਾ। ਸੋ ਸਾਵਧਾਨ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਬਚਾਅ ਵਿੱਚ ਹਮੇਸ਼ਾ ਬਚਾਅ ਹੁੰਦਾ, ਔਰ ਅਸੀਂ ਇੱਕ ਚੰਗੇ ਸਮਾਜ ਦੀ ਹਮੇਸ਼ਾ ਕਾਮਨਾ ਕਰਦੇ ਹਾਂ ਤੇ ਚੰਗਾ ਸਮਾਜ ਤਾਂ ਹੀ ਬਣੇਗਾ ਜੇਕਰ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰਾਂਗੇ ਆਪਣੇ ਬੱਚਿਆਂ ਦੇ ਨਾਲ ਨਾਲ ਉਹਨਾਂ ਦੇ ਦੋਸਤ ਜਿਹੜੀਆਂ ਉਹਨਾਂ ਦੇ ਨਾਲ ਕੁੜੀਆਂ ਤੁਹਾਡੇ ਘਰ ਆਉਂਦੀਆਂ ਨੇ ਉਹਨਾਂ ਨੂੰ ਵੀ ਸਮਝਾਓ ਕਿਉਂਕਿ ਸਾਰੀਆਂ ਬੱਚੀਆਂ ਸਾਡੀਆਂ ਹੀ ਨੇ। ਬਿਲਕੁਲ ਠੀਕ ਹੈ, ਸੋ ਅਸੀਂ ਜੇ ਆਵਾਜ਼ ਬੁਲੰਦ ਕਰਾਂਗੇ ਤਾਂ ਹੀ ਇਹ ਸਮਾਜ ਰਹਿਣ ਯੋਗ ਰਹੇਗਾ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਇੱਥੇ ਸਮੇਟਦੇ ਹਾਂ, ਪ੍ਰਤੀਕਿਰਿਆ ਆਪਣੀ ਸਾਡੇ ਤੇ ਪਹੁੰਚਾਉਣੀ ਨਾ ਭੁੱਲਿਓ। ਫਿਲਹਾਲ ਦੇ ਲਈ ਦੋਵਾਂ ਦੇ ਇਜਾਜ਼ਤ, ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।